ਭਾਈ ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਦੇ ਰੋਸ ਵਜੋਂ ਅਕਾਲ ਤਖ਼ਤ ਅਤੇ ਵੱਖ-ਵੱਖ ਸਿੱਖ ਸੰਗਠਨਾਂ ਵੱਲੋਂ ਜੋ ਸ਼ਾਂਤੀਪੂਰਨ ਢੰਗ ਦੇ ਨਾਲ ਪੰਜਾਬਣ ਦਾ ਸੱਦਾ ਦਿੱਤਾ ਗਿਆ ਸੀ, ਉਸ ਦਾ ਅਸਰ ਖੰਨਾ ਵਿੱਚ ਵੇਖਣ ਨੂੰ ਮਿਲਿਆ ਸੀ। ਖੰਨਾ ਦੇ ਸਾਰੇ ਬਾਜ਼ਾਰ ਰੋਸ ਵਜੋਂ ਬੰਦ ਰਹੇ ਅਤੇ ਗਲੀ ਮੁਹੱਲਿਆਂ ਦੀਆਂ ਛੋਟੀਆਂ ਦੁਕਾਨਦਾਰਾਂ ਨੇ ਵੀ ਰੋਸ ਵਜੋਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਜੀਟੀ ਰੋਡ ਉੱਤੇ ਵੀ ਆਵਾਜਾਈ ਨਾ ਦੇ ਮਾਤਰ ਹੀ ਰਹੀ, ਬੱਸਾਂ ਵੀ ਸਾਰੀਆਂ ਬੰਦ ਹੀ ਰਹੀਆਂ, ਜਿਸ ਨਾਲ ਮੁਸਾਫਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਸਾਰੇ ਸਰਕਾਰੀ ਅਦਾਰਿਆਂ ਵਿੱਚ ਵੀ ਕੰਮਕਾਜ ਠੱਪ ਜਿਹਾ ਰਿਹਾ। ਸਿੱਖ ਨੌਜਵਾਨ ਸੰਗਠਨਾਂ ਵੱਲੋਂ ਪੀਲੀਆਂ ਪੱਗਾਂ ਅਤੇ ਝੰਡੀਆਂ ਲਗਾ ਕੇ ਸਕੂਟਰ ਮੋਟਰਸਾਈਕਲ ਤੇ ਜਿੱਥੇ ਰੋਸ ਮਾਰਚ ਕੱਢਿਆ ਗਿਆ, ਉੱਥੇ ਹੀ ਖੁੱਲ੍ਹੀਆਂ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ। ਪੁਲਿਸ ਵੱਲੋਂ ਵੀ ਬੰਦ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਇੰਤਜ਼ਾਮ ਸ਼ਹਿਰ ਵਿੱਚ ਕੀਤੇ ਗਏ ਸਨ। ਪੁਲਿਸ ਦੇ SPD ਸ਼ਮਸ਼ੇਰ ਸਿੰਘ ਬੋਪਾ ਨੇ ਦੱਸਿਆ ਕਿ ਵੱਖ ਵੱਖ ਥਾਂ ਪੁਲਿਸ ਦੇ ਨਾਕੇ ਲਾਏ ਗਏ ਸਨ ਅਤੇ ਸੁਰੱਖਿਆ ਦੇ ਪਕੜੇ ਇੰਤਜ਼ਾਮ ਕੀਤੇ ਗਏ ਹਨ। ਤੁਸੀਂ ਪੰਜਾਬ ਬੰਦੀ ਜੋ ਕਿ ਅੱਜ ਖੰਨਾ ਸ਼ਹਿਰ ਦੇ ਵਿੱਚ SSP ਖੰਨਾ ਵੱਲੋਂ ਸਾਰੇ ਆਫਿਸਰਸ ਨੂੰ ਤੈਨਾਤ ਕੀਤਾ ਗਿਆ। ਕਰੀਬ 200 ਦੇ ਨੇੜੇ ਜਿਹੜੇ ਪੁਲਿਸ ਮੁਲਾਜ਼ਮ ਅਸੀਂ ਵੱਖਰੀਆਂ ਵੱਖਰੀਆਂ ਡਿਊਟੀਆਂ ਉੱਤੇ ਨਾਕਾਬੰਦੀ ਪੈਟਰੋਲਿੰਗ ਜਾਂ ਜਿੱਥੇ ਭੀੜ ਭੜੱਕੇ ਵਾਲੀ ਜਗ੍ਹਾ ਹੈ ਜਾਂ ਦੁਕਾਨਾਂ ਵਗੈਰਾ ਉੱਥੇ ਸਾਡੀ ਲਾਈ ਹੋਈ ਹੈ। ਦੇਖੋ ਸਾਡੇ ਕੋਲ ਆਪਣੀ ਖੰਨਾ ਪੁਲਿਸ ਡਿਸਟ੍ਰਿਕਟ ਖੰਨਾ ਪੁਲਿਸ ਵੀ ਹੈ ਅਤੇ ਕੁਛ ਫੋਰਸ ਜਿਹੜੀ ਹੈਗੀ ਹੈ ਟ੍ਰੇਨਿੰਗ ਸੈਂਟਰ ਕਪੂਰਥਲਾ ਤੋਂ 150 ਬੰਦੇ ਦੇ ਕਰੀਬ ਆਈ ਹੋਈ ਹੈ, ਜਿਹੜੀ ਕਿ ਅਸੀਂ ਆਪਣੀ ਫੋਰਸ ਦੇ ਨਾਲ ਉਹਨਾਂ ਤੋਂ ਡਿਊਟੀ ਲੈ ਰਹੇ ਹਾਂ ਅਤੇ ਉਹਨਾਂ ਨਾਕਿਆਂ ਵਗੈਰਾ 'ਤੇ ਤੈਨਾਤ ਕੀਤਾ ਗਿਆ। ਇਸ ਤੋਂ ਬਾਅਦ ਯੂਥ ਅਕਾਲੀ ਦਲ ਖੰਨਾ ਦੇ ਮੀਤ ਪ੍ਰਧਾਨ ਸਰਦਾਰ ਰਣਜੀਤ ਸਿੰਘ ਹੀਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਿੱਕੇ ਦੋ ਪਹਿਲੂ ਹੁੰਦੇ ਨੇ ਤੇ ਪੋਜ਼ਿਟਿਵ ਤੇ ਨੈਗੇਟਿਵ ਹਰ ਤਰ੍ਹਾਂ ਦੇ ਬੰਦੇ ਸੋਚ ਹੁੰਦੇ ਆ। ਇਹ ਡਿਪੈਂਡ ਕਰਦਾ ਹੈ ਵੀ ਫੈਸਲਾ ਕੀ ਹੋਇਆ। ਫੈਸਲਾ ਹੋਇਆ ਫਾਂਸੀ ਦਾ, ਦੇਸ਼ ਵਿੱਚ ਦੇਸ਼ 'ਤੇ ਹਮਲਾ ਕਰਨ ਵਾਲੇ ਕਸਾਬ ਤੇ ਅਫਜ਼ਲ ਗੁਰੂ ਵਰਗੇ ਹਜੇ ਵੀ ਅਸੀਂ ਕਰੋੜਾਂ ਰੁਪਏ ਖਰਚ ਕੇ ਉਹਨਾਂ ਰਾਖੀ ਕਰ ਰਹੇ ਹਾਂ ਤੇ ਉਹਨਾਂ ਲੋਕਾਂ ਬਾਰੇ ਹਜੇ ਤੱਕ ਕੋਈ ਫੈਸਲੇ ਨਹੀਂ ਹੋਏ। 84 ਦੇ ਦੰਗਿਆਂ ਦਾ ਅੱਜ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਅੱਜ ਤੱਕ ਤੇ ਕੇਂਦਰ ਸਰਕਾਰ ਨੇ ਇਹ ਬਹੁਤ ਮਾੜੀ ਨੀਤੀ ਅਪਣਾਈ ਹੈ। ਕੇਂਦਰ ਸਰਕਾਰ ਨੇ ਜਿਹੜਾ ਡੈਥ ਵਾਰ ਹੁੰਦਾ ਉਹ ਵੱਧ ਤੋਂ ਵੱਧ 24 ਜਾਂ 48 ਘੰਟਿਆਂ ਦਾ ਹੁੰਦਾ ਤੇ ਕੇਂਦਰ ਸਰਕਾਰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਜੋ ਇਹ ਡੈਥ ਵਾਰ ਹੁੰਦਾ 15-20 ਦਿਨ ਪਹਿਲਾਂ ਇਸ਼ੂ ਕਰਤਾ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ, ਹਿੰਦੂ ਸਿੱਖ ਏਕਤਾ ਨੂੰ ਜਿਹੜੀ ਹੈ ਚੋਟ ਪਹੁੰਚੇ, ਪੰਜਾਬ ਫਿਰ ਉਹੀ ਦਹਿਸ਼ਤਗਰਦੀ ਦੇ ਮਾਹੌਲ 'ਚ ਪੈਦਾ ਹੋਵੇ। ਵਿਕਾਰ ਮੰਡਲ ਦੇ ਪ੍ਰਧਾਨ KS ਸਹਿਗਲ ਨੇ ਵੀ ਆਪਣੇ ਵਿਚਾਰ ਰੱਖੇ। ਪੰਜਾਬ ਬੰਦ ਉਹ ਸੰਬੰਧ ਵਿੱਚ ਅੱਜ ਤਕਰੀਬਨ ਪੰਜਾਬ ਤੋਂ ਇਲਾਵਾ ਸਾਡਾ ਸ਼ਹਿਰ ਹੈ ਜਿਹੜਾ ਇਹ ਟੋਟਲੀ ਬੰਦ ਹੈ। ਇਹ ਜਿਹੜੇ ਬੰਦ ਦਾ ਆਹਵਾਨ ਹੁੰਦਾ ਇਹਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਵਪਾਰ, ਕਿਉਂਕਿ ਇਤਨੀ ਮਹਿੰਗਾਈ ਦੇ ਦੌਰ 'ਚ ਵਪਾਰੀ ਪਹਿਲਾਂ ਹੀ ਬੜਾ ਪਰੇਸ਼ਾਨ ਨੇ। ਜੇ ਇਸ ਤਰ੍ਹਾਂ ਕੋਈ ਬੰਦ ਦੇ ਆਹਵਾਨ ਆਏ ਤਾਂ ਲੋਕਾਂ ਨੂੰ ਮਜਬੂਰੀ ਹੈ ਬੰਦ ਤੋਂ ਕਰਨਾ ਹੀ ਹੈ। ਜਿਹੜਾ ਮਾਮਲਾ ਰਾਜੇਆਣੇ ਵੱਲ ਅਦਾਲਤ ਵਿੱਚ ਹੈ ਉਹ ਸੰਬੰਧ ਵਿੱਚ ਅਸੀਂ ਵਪਾਰੀ ਇਸ ਕਰਕੇ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦੇ ਕਿਉਂਕਿ ਮਾਮਲਾ ਹਾਈ ਕੋਰਟ 'ਚ ਹੈ। ਖੰਨਾ ਤੋਂ ਮੀਡੀਆ ਜ਼ੋਨ ਲਈ ਮਨ ਸ਼ਰਮਾ ਨਾਲ ਰਾਹੁਲ ਸ਼ਰਮਾ ਦੀ ਰਿਪੋਰਟ।